ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਜੀ ਰੋਡੇ ਵੱਲੋਂ ਹੜਪੀੜਤਾਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਇੱਕ ਮਹੀਨੇ ਤੱਕ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਮੈਡੀਕਲ ਕੈਂਪ ਦੇ ਦੌਰਾਨ ਇੱਕ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਜੋ ਕਿ ਮਰੀਜ਼ਾਂ ਨੂੰ ਕੈਂਪ ਤੱਕ ਪਹੁੰਚਾਉਣ ਲਈ ਮਦਦ ਕਰੇਗੀ ਅਤੇ ਜੋ ਮਰੀਜ਼ ਕੈਂਪ ਵਾਲੇ ਸਥਾਨ 'ਤੇ ਨਾ ਪਹੁੰਚ ਸਕਣ ਉਹਨਾਂ ਤੱਕ ਡਾਕਟਰਾਂ ਦੀ ਟੀਮ ਨੂੰ ਪਹੁੰਚਾਉਣ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ 10-12 ਦਿਨ ਤੋਂ ਜੋ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ, ਖਾਸ ਕਰਕੇ ਰੋਪੜ ਦਾ ਏਰੀਆ, ਦੁਸਰੈਣ ਦਾ ਏਰੀਆ, ਲੋਹੀਆਂ ਦਾ ਏਰੀਆ, ਸੁਲਤਾਨਪੁਰ ਸਾਹਿਬ ਦਾ, ਅੱਗੇ ਫਿਰੋਜ਼ਪੁਰ ਦਾ, ਦਰਿਆ ਦੇ ਨਾਲ ਨਾਲ ਬਹੁਤ ਕਿਸਾਨਾਂ ਦਾ ਔਰ ਸਾਰੇ ਜਿੰਨੇ ਵਸਨੀਕ ਇੱਥੇ ਵਸੇ ਹੋਏ ਨੇ ਸਭ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਔਰ ਕਈ ਦਿਨਾਂ ਤੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਿੱਥੇ ਸਾਡੇ ਧਾਰਮਿਕ ਵਿੰਗ ਦੇ ਮੁਖੀ ਸੰਤ ਬਾਬਾ ਸੁਨਾਮ ਸਿੰਘ ਜੀ ਬਲੀਆ, ਉਹ ਫਿਰੋਜ਼ਪੁਰ 'ਚ ਲੱਗੇ ਹੋਏ ਨੇ, ਇੱਥੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਹੜ੍ਹ ਆਏ ਸੀ ਭਾਈ ਲਖਵਿੰਦਰ ਸਿੰਘ, ਭਾਈ ਕਿਰਪਾ ਸਿੰਘ ਜੀ ਜੋ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਦੇ ਪ੍ਰਧਾਨ ਨੇ, ਉਹ ਵੀ ਇਸ ਦਿਨ ਤੋਂ ਹੀ ਲੱਗੇ ਹੋਏ ਨੇ। ਹੁਣ ਜਦੋਂ ਸਾਰਿਆਂ ਨੇ ਵੇਖਿਆ ਕਿ ਜੋ ਇੱਥੇ ਹਾਲਾਤ ਬਣੇ ਆ, ਪਾਣੀ ਦੇ ਵਿੱਚ ਬਦਬੂ ਆ ਰਹੀ ਹੈ, ਫਸਲ ਮਰੇ ਹੋਏ ਝੁਕੜੇ ਹੋਏ ਨੇ, ਕੱਪਾਂ ਨਾਲ ਫੜਿਆ ਹੋਇਆ, ਬਿਮਾਰੀਆਂ ਵਧਣ ਦਾ ਬਹੁਤ ਵੱਡਾ ਖਤਰਾ, ਇਸ ਕਰਕੇ ਇੰਟਰਨੈਸ਼ਨਲ ਪੰਥਕ ਦਲ ਨੇ ਫੈਸਲਾ ਲਿਆ ਕਿ ਇਸ ਇਲਾਕੇ ਵਿੱਚ ਮੈਡੀਕਲ ਕੈਂਪ ਆਇਆ ਜਾ ਰਿਹਾ ਹੈ ਜੋ ਘੱਟੋ ਘੱਟ 20 ਦਿਨ ਦੀ ਲੋੜ ਪਈ ਤਾਂ ਮਹੀਨਾ ਵੀ, ਕਿਉਂਕਿ ਖੂਨ ਟੈਸਟ ਕਰਕੇ ਉਹਨਾਂ ਨੂੰ ਬਿਮਾਰੀਆਂ ਦੇ ਇਲਾਜ ਲਈ, ਕਿਸੇ ਨੂੰ ਖਾਰਸ਼ ਹੈ, ਕਿਸੇ ਨੂੰ ਕੋਈ ਇਹ ਹਾਲਾਤਾਂ ਤੋਂ ਪੈਦਾ ਹੋਈਆਂ ਬਿਮਾਰੀਆਂ ਲੱਗਦੀਆਂ, ਉਹਦੇ ਇਲਾਜ ਲਈ ਇਹ ਅੱਜ ਕੈਂਪ ਸ਼ੁਰੂ ਕੀਤਾ ਗਿਆ। ਅੱਜ ਕੁਦਰਤੀ ਤੌਰ 'ਤੇ ਇੱਥੇ ਸਰਕਾਰੀ ਤੌਰ 'ਤੇ ਡਾਕਟਰ ਰਾਜ ਕੁਮਾਰ ਜੀ ਪਹਿਲੇ ਚੈੱਕ ਵਾਸਤੇ ਬੈਠੇ ਸਨ, ਇਹਨਾਂ ਨੂੰ ਅਸੀਂ ਕੋਈ ਦਵਾਈਆਂ ਇੰਟਰਨੈਸ਼ਨਲ ਪੰਥਕ ਵੱਲੋਂ ਜੋ ਇੱਥੇ ਇਹਨਾਂ ਦੇ ਸਪੁਰਦ ਕੀਤੀਆਂ, ਇਸੇ ਸਥਾਨ 'ਤੇ ਇਸੇ ਨਗਰ ਵਿੱਚ ਮੈਡੀਕਲ ਕੈਂਪ ਇੱਕ ਮਹੀਨਾ ਚੱਲੇਗਾ ਘੱਟੋ ਘੱਟ 20 ਦਿਨ। ਸੋ ਇਲਾਕੇ ਦੇ ਵਿੱਚ ਇੱਕ ਗੱਡੀ ਐਂਬੂਲੈਂਸ ਇੱਥੇ ਹੋਏਗੀ ਜੋ ਮਰੀਜ਼ਾਂ ਨੂੰ ਇੱਥੇ ਲਿਆ ਸਕੇਗੀ, ਜਾਂ ਡਾਕਟਰ ਸਾਹਿਬਾਨ ਨੂੰ ਪਿੰਡਾਂ 'ਚੋਂ ਜਾਣਾ ਪਿਆ ਉੱਥੇ ਜਾਣ ਦਾ ਪੂਰਾ ਇੰਤਜ਼ਾਮ ਕੀਤਾ ਜਾਵੇਗਾ। ਸੋ ਦੇਸ਼ ਵਿਦੇਸ਼ ਦੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੀਆਂ ਯੂਨਿਟ ਹੈ, ਉਹਨਾਂ ਨੂੰ ਬੇਨਤੀ ਹੈ ਸੂਚੀਆਂ ਸੰਗਤਾਂ ਨੂੰ ਕਿ ਹੋਰ ਵੀ ਬਹੁਤ ਸਾਰੇ ਮਹਾਂਪੁਰਖ, ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੀਆਂ ਸਿੱਖ ਸੰਗਤਾਂ ਆਪਣੇ ਤੌਰ 'ਤੇ ਦਾ ਪ੍ਰਬੰਧ ਕਰ ਰਹੀਆਂ, ਛੋਟਾ ਜਿਹਾ ਉਪਰਾਲਾ ਇੰਟਰਨੈਸ਼ਨਲ ਪੰਥਕ ਦਲ ਨੇ ਵੀ ਕੀਤਾ ਹੈ। ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕੁਦਰਤੀ ਆਫ਼ਤਾਂ ਤੱਕ ਨਹੀਂ ਸਕਦੇ, ਪਰ ਕੁਦਰਤੀ ਆਫ਼ਤਾਂ ਦੀ ਮਾਰ ਵਿੱਚ ਆਏ ਆਪਣੇ ਭਰਾਵਾਂ ਦੀ ਮਦਦ ਕਰ ਸਕਦੇ ਹਾਂ, ਜ਼ਰੂਰ ਕਰਨੀ ਚਾਹੀਦੀ ਹੈ, ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਰਲ ਮਿਲ ਕੇ ਮਦਦ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।